ਬਾਬਿਓ ਬਹੁਤ ਬਿਮਾਰ ਹੋ ਗਏ, ਬਹੁਤ ਜ਼ਿਆਦਾ। ਹੁਣ ਠੀਕ ਹਾਂ, ਸ਼ਕਲ ਬੋਤੇ ਦੀ ਗੰਢ ਵਰਗੀ ਹੋ ਗਈ। 4 ਦਿਨ ਹੋ ਗਏ ਨਹਾਤੇ ਵੀ ਨਹੀਂ, ਅੱਜ ਨਹਾਉਣੇ ਆ। ਪਹਿਲਾਂ ਖੰਘ, ਬੁਖਾਰ, ਜ਼ੁਕਾਮ ਇੱਕ ਲਖਤ ਹੋ ਗਿਆ, ਪਹਿਲਾਂ ਆਉਣੇ ਨਹੀਂ ਹੋ ਗਿਆ, ਐਂ ਇੱਕ ਦੂਜੇ ਨੂੰ ਹੋਈ ਗਿਆ ਭੈਣ ਚੋ, ਜੇ ਨਾ ਟੈਸਟ ਟੁਸਟ ਵਗੈਰਾ ਸੀ, ਨਾ ਟ੍ਰੀਟਮੈਂਟ ਸ਼ੁਰੂ ਕਰਦੇ ਤਾਂ ਸਵਾਈਨ ਫਲੂ ਹੋ ਜਾਂਦਾ ਨਾਲ ਦੇ ਨਾਲ। ਗੱਪ ਮਰੀ ਦਾ ਭੈਣ ਚੋ, ਅਤੇ ਹੁਣ ਠੀਕ ਹੋ ਗਏ ਬਿਲਕੁਲ। ਹੁਣ ਸਾਡੇ 'ਚ ਵੀਕਨੈਸ ਆ ਗਈ, ਥੋੜ੍ਹੇ ਕਮਜ਼ੋਰ ਜਿਹੇ ਹੋ ਗਏ ਮੇਰੇ ਹਾਲ ਦੇ, ਇੰਨਾ ਮਤਲਬ ਕਿ ਜਾਣ ਜੀ ਨਹੀਂ ਹੈਗੀ। ਡਾਇਟ ਅਸੀਂ ਲੈ ਰਹੇ ਹਾਂ, ਬਾਕੀ ਸਭ ਕੁਝ ਠੀਕ ਹੈ। ਅਤੇ ਸਾਡੀ ਆਹ ਬੰਦਿਆਂ ਨੇ ਬਹੁਤ ਹੈਲਪ ਕਰੀ, ਸਾਡੇ ਯਾਰ ਵੀ ਲਿਆ ਨੇ, ਆਹ ਬੰਦੇ ਸਾਡੇ ਨਾਲ ਬੈਠੇ ਨੇ। ਹਾਂ, ਅਤੇ ਆਹ ਸਾਡਾ ਯਾਰ ਲਾਲੀ, ਲਾਲੀ ਭੈਣ ਚੋ ਦਾ ਪੱਕਾ। ਹਾਂ, ਭੈਣ ਚੋ ਦਾ ਕਰੂਗਾ, ਇਹਦੀ ਕੋਈ ਸਹਾਇਤਾ ਨਹੀਂ ਕਰਨੀ। ਅਤੇ ਹੁਣ ਬਸ ਅਸੀਂ ਠੀਕ ਹਾਂ, ਹੁਣ ਜੂ ਜਸ ਪੀਨੇ ਆ ਤੇ ਐਨਰਜੀ ਲੈਣੇ ਆ, ਬਸ ਦੋ ਸ਼ੂਟਿੰਗ ਸ਼ੁਰੂ ਕਰਦੇ ਆ। ਤੇ ਹੁਣ ਆਪਾਂ ਪਾੜ ਦਾਂਗੇ ਬੋਂਡਾ, ਬੋਂਡਾ ਪਾੜ ਦਾਂਗੇ ਬੋਂਡਾ। ਇੱਕ ਸ਼ੀਸ਼ੀ ਮੁੱਕ ਗਈ ਨਵੀਂ ਦੀ ਤਿਆਰੀ ਆ, ਓਏ ਭੈਣ ਚੋਦਾ ਦਵਾਈ, ਓਏ ਮੇਰੀ ਦਵਾਈ ਆ, ਮੇਰੇ ਗਲ ਚ ਸੋਚ। ਹਾਂ ਭੈਣ ਚੋ ਕਿੰਨਾ ਫੁੱਦੂ ਬੰਦਾ, ਓਏ ਲੈ ਓਏ, ਮਰੀਜ਼ ਦੀ ਦਵਾਈ ਪੀ ਜਾਂਦਾ ਭੈਣ ਚੋ। ਬਹੁਤ ਦਿਨਾਂ ਬਾਅਦ, ਬਿਮਾਰੀ ਤੋਂ ਬਾਅਦ, 4 ਦਿਨਾਂ ਬਾਅਦ ਨਹਾਤੇ, ਲਕਸ ਸਾਬਣ ਦਾ ਨਿਖਾਰ, ਨਹਾਤਾ ਨੇ ਤੇਲ ਲਾਇਆ ਹੋਇਆ, ਇੱਧਰ ਪੂਣੀ ਕਰਵਾ ਰਹੇ ਨੇ, ਪੱਗ ਪਰ ਇਹਨੂੰ ਭੈਣ। ਸਾਡੀ ਮਰੀਜ਼ਾਂ ਦੀ ਡਾਇਟ, ਇਹ ਡਾਇਟ ਬੱਲੀਏ ਨੀ, ਸਾਡੀ ਮਰੀਜ਼ਾਂ ਦੀ ਡਾਇਟ ਇਹ। ਹਾਂ ਭੈਣ, ਜਦੋਂ ਤਾਂ ਗੰਦ ਮੰਦ ਖਾਨਾ, ਅਸੀਂ ਵੈਜੀਟੇਰੀਅਨ ਬੰਦੇ। ਕਰ ਲੈ ਸਟਾਰਟ ਭੈਣ ਚੋਦਾ, ਕਰ ਲੈ ਸਟਾਰਟ ਇਹਨੂੰ, ਚਲ ਜਰ ਵਿਆਹ ਵੀ ਨਹੀਂ ਹੋਇਆ, ਕੱਪੜੇ ਵੀ ਨਹੀਂ ਪਾਏ ਦੇਣਾ। ਸਟਾਰਟ ਤੇਰੀ ਸੌਂਹ ਤਾਂ ਬੈਟਰੀ ਸੌਂ ਗਈ ਸੱਚੀ। ਹੋਰ ਭੈਣ ਚੋਦਾ, 10 ਦਿਨ ਹੋ ਗਏ ਖੜੇ ਜਹਾਜ਼ ਨੂੰ, ਇਹਦੇ ਵਾਸਤੇ ਸੌਂਹ ਲੱਗੇ, ਪਹਿਲਾਂ ਤਾਂ ਚਾਲੇ ਵਾਲੇ ਧੂਈਆਂ ਲਾਓ ਬਾਈ, ਸੇਕ ਦੋ। ਮੇਰੀ ਗੱਲ ਸੁਣ, ਠੰਡ ਕਰਕੇ ਸਟਾਰਟ ਨਹੀਂ ਹੋ ਰਿਹਾ ਜਹਾਜ਼। ਇਹਦੀ ਭੈਣ ਚੋਦ ਦੀ ਡਿਊਟੀ ਕੋਈ ਨਹੀਂ ਲਾਈ ਵੀ, ਤੈਂ ਸਮਝ ਸਵੇਰੇ ਇਹਨੂੰ 10-10 ਮਿੰਟ ਸਟਾਰਟ ਰੱਖਣਾ ਜਹਾਜ਼ ਨੂੰ। ਹੇ ਸੰਤ ਬਾਬਾ, ਭੱਕੜ ਦਾਸ ਭੂਪਣਾ ਦਾਸ, ਜੈ ਬਾਤਾ ਵਲ ਵਲ ਵਲ, ਸਟਾਰਟ ਹੋ ਜਾ। ਹੋ ਗਈ ਓਏ, ਚੱਲ 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 ਜਾ ਚੱਲ, ਭੈਣ ਚੋਦਾ ਦੇ ਦੇ ਰੇਸ, ਗਾੜੀ ਦੋ। ਹਾਂ ਗਾੜੀ ਦੋ, ਸਮਾਰ ਕੇ ਦੋ ਗਾੜੀ, ਸਮਾਰ ਕੇ ਭੈਣ ਚੋਦਾ, ਗਾਰਾ ਸਾਰਾ ਨਿਕਾਲ ਗਾਰਾ, ਨਹੀਂ ਮੈਂ ਚੇਂਜ ਕਰ ਦੂੰ, ਬੰਦਾ ਚੇਂਜ ਕਰ ਦੂੰ। ਇੱਧਰ ਤੋਂ ਸਾਹ ਲਾ, ਤੋਂ ਸਾਹ ਲਾ, ਸਾਹ ਲਾ, ਤੋਂ ਇਸਕ ਸਾਹ ਲੈਤੇ ਜਹਾਂ ਪੇ ਸਾਹ ਸਾਹ। ਹਾਂ ਹਾਂ ਭੈਣ ਚੋਦਾ, ਸਾਹ ਲੈਤੇ ਆ, ਹਾਥੀ ਨੋਜ਼ ਹੈ, ਨੋਜ਼ ਨੋਜ਼ ਹੈ, ਨੋਜ਼ ਦੇਖੋ, ਚੂਹਾ ਤੋਂ ਨਹੀਂ, ਚੂਹਾ ਨਿਕਾਲ, ਸਾਰੇ ਚੂਹੇ ਪੱਟ, ਚੂਹਾ ਇਸ ਨੂੰ ਬਹੁਤ ਬੜਾ, ਚੂਹਾ ਜਹਾਂ ਪੇ ਵੀ ਨਿਕਾਲ, ਜਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਸਾਡੀ ਮਜੈਲ ਆਉਣ ਵਾਲੀ ਆ, ਮਜੈਲ ਆ ਗਈ ਸੀ, ਠਰਕੀ ਬਾਬਾ 4। ਮੈਂ ਤੁਹਾਨੂੰ ਕਿਹਾ ਸੀ ਮਜੈਲ ਛੱਡਾਂਗੇ, ਛੱਡਤੀ ਨਾ। ਮੈਂ ਕਿਹਾ ਸੀ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਨਾ, ਕਿਸੇ ਨੇ ਵੀਡੀਓ ਸ਼ੇਅਰ ਨਹੀਂ ਕਰਨੀ, ਸਾਡੀ ਮਜੈਲ ਆਈ ਜਾਊ। ਉਹ ਭੈਣ ਚੋਦੋ 1 ਹਫ਼ਤੇ 'ਚ 1 ਮਿਲੀਅਨ ਤੋਂ ਟੱਪ ਗਈ, ਕਮਾਲ ਕਰਤੀ, ਪਹਿਲੀ ਵੀਡੀਓ ਜਿਹੜੀ 1 ਮਿਲੀਅਨ ਟੱਪੀ ਹੈ, ਸਾਡੀ ਪਹਿਲੀ ਮਜੈਲ ਕਾਮਯਾਬ ਹੋ ਗਈ। ਪਰ ਫਿਰ ਵੀ ਸ਼ੇਅਰ ਕਰੇ ਬਿਨਾਂ ਨਹੀਂ ਹਟੇ, ਸ਼ੇਅਰ ਕੀਤੀ, ਚੈਨਲ ਸਬਸਕ੍ਰਾਈਬ ਕੀਤਾ, 13,000 ਬੰਦੇ ਨੇ ਸਬਸਕ੍ਰਾਈਬ ਕੀਤਾ ਹਫ਼ਤੇ 'ਚ। ਕਿਉਂ ਕੀਤਾ? ਮੈਂ ਕਿਹਾ ਸੀ ਨਹੀਂ ਕਰਨਾ, ਨਹੀਂ ਸ਼ੇਅਰ ਕਰਨੀ, ਪਰ ਨਹੀਂ ਮੰਨੇ ਇਹ, ਆਪਣੇ ਕਾਲੇ ਤੀਰ ਵਾਲੇ ਨਹੀਂ ਮੰਨਦੇ, ਡਾਇਟ ਖਾਣੀ, ਡਾਇਟ ਸਾਡੀ, ਡਾਇਟ ਪੂਰੀ ਕਰਾਓ, ਡਾਇਟ ਕਰਾਓ, ਡਾਇਟ ਪੂਰੀ ਕਰਾਓ, ਡਾਇਟ। ਬਿਮਾਰ ਹੋ ਗਈ ਵਾਲੇ ਬਣਿਆ ਰੇ, ਕਾਕਾ ਕਿਆ ਖਾ ਰਹੇ ਹੋ? ਆਏ ਹਾਏ ਓਏ, ਨਜ਼ਾਰੇ ਆ ਗਿਆ ਆਪਣੀ ਸਾਰਾ ਢਿੱਡ ਭਰ ਗਿਆ ਓਏ, ਢਿੱਡ। ਭੈਣ ਚੋਦਾ 200 ਰੁਪਇਆ ਬਚ ਗਿਆ ਚੋਰੀ ਦੇ ਵਿਆਹ ਤੇ ਜਾ ਕੇ, ਤੂੰ ਤਾਂ ਭੈਣ ਚੋਦਾ ਪਨੀਰ ਪਕੌੜੇ ਦੇ ਗੋਡਨੀਆਂ ਲਵਾ ਦੇ, ਗੋਡਨੀਆਂ ਇਹ ਬਾਬੇ ਬਾਲਾ ਖਾਦਾ ਭੈਣ ਚੋਦ ਨੇ, ਉਹ ਲਫਾਫੇ ਦੇ ਕੱਢ ਲਓ ਭੈਣ ਚੋਦਾ, ਖਰਾਬ ਨਾ ਹੋ ਜਾਏ ਤੇਲ ਵਾਲਾ ਲਫਾਫਾ, ਨਹੀਂ ਨਹੀਂ ਕੱਢ ਕੇ ਰੱਖ ਲਓ ਭੈਣ ਚੋਦਾ। ਕੋਲਡ ਡਰਿੰਕ ਕਿੰਨੇ ਧਰ ਲਏ ਸੀ? ਜਿਹੜਾ 200 ਰੁਪਇਆ ਬਚ ਗਿਆ,
ਕਹਿੰਦਾ ਬੜਾ ਨੇਰਾ 200 ਰੁਪਏ ਬਚ ਗਿਆ ਹੈ ਓਏ 200 ਰੁਪਏ ਮੈਂ ਕਿੱਥੇ ਲਾਉ ਮੈਂ ਹੋ ਉਹ ਤਾਂ ਬਚਾ ਕੇ ਰੱਖੂ ਦਾਨ ਕਰ ਦਾਂਗੇ ਆਪਾਂ ਵੱਟ ਮਾਰੇ ਮਸਾ ਤਾਂ ਬਚਾਇਆ ਉਹਦਾ ਮਾਰੇਗਾ ਬਾਈ ਪ੍ਰੋਡਿਊਸਰ ਸ਼ਟਿਆ ਦੀ ਲੱਕੜਾਂ ਦੀਆਂ ਪਿੰਡ ਹੈਂ ਬਸ ਬਾਈ ਖਤਮ ਆ ਤੇਰਾ ਦਾ ਖੇਡਾ ਗੱਲ ਸੁਣ ਲਓ ਡੇਰਾ ਬਸਿਆ ਭੈਣ ਚੋ ਤੁਹਾਡੇ ਇਲਾਕੇ ਦੇ ਆ ਕੇ ਬਿਮਾਰ ਹੋ ਗਏ ਤੁਹਾਡੇ ਯਾਰ ਦਿੱਕਤ ਕੀ ਆ ਭੈਣ ਚੋ ਦਾ ਬੁਖਾਰ ਚੱਕਰ ਆ ਬੁਖਾਰ ਚੜ੍ਹ ਜਾਣਾ ਉੱਥੇ ਜਦੋਂ ਟੈਸਟ ਪਤਾ ਲੱਗੂ ਹੁਣ ਪਤਾ ਨਹੀਂ ਕੀ ਹੋਇਆ ਤੁਹਾਡੇ ਨਾਲ ਇੱਥੇ ਹਵਨ ਕਰਨਾ ਕੋਈ ਸਾਨੂੰ ਤੇਰੀ ਫੋਟੋ ਬਹੁਤ ਤੁਸੀਂ ਇਹਦੇ ਨਾਲ ਫੋਟੋ ਨਾ ਕਰੋ ਇਹ ਬੰਦਾ ਬੇਕਾਰੀ ਹੈ ਤੇਰੀ ਸੋ ਬੰਦਾ ਕੰਮ ਦਾ ਨਹੀਂ ਹੈਗਾ ਮੁੰਡਿਓ ਗੱਲ ਸੁਣ ਲਓ ਮੈਨੂੰ ਡਾਕਟਰ ਨੇ ਕਿਹਾ ਕਹਿੰਦਾ ਮੈਨੂੰ ਹਵਾ ਲਵਾਓ ਤੁਹਾਡੀ ਗੱਡੀ ਦਾ ਸਨਰੂਫ ਖੁੱਲਦਾ ਤਾਂ ਤੂੰ ਹਾਂਜੀ ਹਾਂਜੀ ਹਵਾ ਦਵਾਓ ਮੈਨੂੰ ਤਾਂ ਬਿਠਾ ਕੇ ਇਹਦੇ ਵਿੱਚ ਚਲੋ ਫਿਰ ਮੈਂ ਗੇੜਾ ਲਾਊਂਗਾ ਫਿਰ ਮੈਨੂੰ ਹਵਾ ਲਾ ਕੇ ਫਿਰ ਮੈਂ ਠੀਕ ਹੋ ਜੂ ਡਾਕਟਰ ਨੇ ਕਿਹਾ ਮੈਨੂੰ ਡਾਕਟਰ ਵਾਓ ਇਹ ਸਨਰੂਫ ਖੋਲ ਕੇ ਦਿਖਾਓ ਬੜਾ ਕਿਵੇਂ ਖੁੱਲਦਾ ਸੈਮਸੰਗ ਨਹੀਂ ਇਹਦਾ ਚਾਨਣੀ ਬੜਾ ਬੱਲੇ ਇਹ ਸਨਰੂਫ ਆ ਭਾਈ ਇਹ ਭੈਣ ਚੋਂ ਤਾਂ ਜੇ ਮੀਂਹ ਆ ਜੇ ਉੱਪਰੋਂ ਇਹ ਤਾਂ ਐਂ ਵੀ ਜਾਨਵਰ ਦੀ ਬਿੱਠ ਤਾਂ ਨ਀ ਵੱਜਦੀ ਬਿੱਠ ਬਿੱਠ ਬੁੱਠ ਨਾ ਓਏ ਤੂੰ ਗਰਦਨ ਬਾਹਰ ਕੱਢ ਫਿਰ ਬੰਦ ਕਰ ਦੂ ਗਰਦਨ ਵਿੱਚ ਵੱਡੋ ਦੀ ਭੈਣ ਚੋ ਦੀ ਮੇਰੀ ਨੀ ਵੱਡੀ ਆਂਦੀ ਵੱਡੋ ਦੀ ਭੈਣ ਮੇਰੀ ਗਰਦਨ ਦੇ ਵਿੱਚ 10 ਰੁਪਏ ਪਏ ਹੋਣੇ 10 ਭੈਣ ਤੇ ਪੁੱਤੀ ਅੰਬੂਜਾ ਸਿਮੈਂਟ ਨਾਲ ਬਣੀ ਹੋਈ ਹੈ ਬਾਬਿਓ ਡੇਰਾ ਬਸੀ ਗੁਲਾਬਗੜ੍ਹ ਰੋਡ ਦੇ ਉੱਤੇ ਅਮਨ ਹੋਟਲ ਹੈ ਬਹੁਤ ਤਕੜਾ ਹੋਟਲ ਹੈ ਬਾਬਿਓ ਬਹੁਤ ਹੀ ਵਧੀਆ ਫੈਸਿਲਿਟੀਆਂ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਪੂਲ ਬਣ ਚੁੱਕਿਆ ਹੈ ਹਾਂ ਜਦੋਂ ਆਪਾਂ ਇੱਥੇ ਪਾਰਟੀ ਦੱਸੋ ਕਦੋਂ ਕਰਾਂਗੇ ਆਪਾਂ ਹੋਲੀ ਤੇ ਬਸ ਠੀਕ ਹੈ ਹੋਲੀ ਤੇ ਇੱਥੇ ਆਪਣੀ ਪਾਰਟੀ ਹੋਣੀ ਹੈ ਠੀਕ ਹੈ ਇੱਥੇ ਫਿਰ ਡਾਂਸ ਕਰਾਂਗੇ ਅਤੇ ਸਾਰੇ ਬੰਦਿਆਂ ਨੂੰ ਬੁਲਾਵਾਂਗੇ ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ 100 ਕੇ ਹੋਊਗੀ ਉਹਨਾਂ ਨੂੰ ਤਾਂ ਬੁਲਾਵਾਂਗੇ ਜਿਹੜੇ ਸਾਡੇ ਵੱਧ ਕਮੈਂਟ ਮਾਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਨੂੰ ਸਪੈਸ਼ਲ ਬੁਲਾਵਾਂਗੇ ਠੀਕ ਹੈ ਜਿਹੜੇ ਸਾਡੀ ਸਪੋਰਟ ਕਰਦੇ ਨੇ ਤੇ ਡਿਸਕੋ ਡਾਂਸ ਕਰਾਵਾਂਗੇ ਹੋਰ ਕੀ ਕੀ ਸਹੂਲਤਾਂ ਨੇ ਜਿਮ ਹੈ ਜੀ ਹਾਂ ਬੈਂਕਟ ਹਾਲ ਹੈ ਅੱਛਾ ਫੈਮਿਲੀ ਹਾਲ ਹੁੱਕਾ ਬਾਰ ਰੈਸਟੋਰੈਂਟ ਸਾਰਾ ਕੁਝ ਹੈ ਹੁੱਕਾ ਬਾਰ ਅਜਮੇਰ ਵਾਸਤੇ ਸਪੈਸ਼ਲ ਹੁੱਕਾ ਬਾਰ ਦੀ ਸਹੂਲਤ ਇੱਥੇ ਤਿਆਰ ਹੋਣ ਜਾ ਰਹੀ ਹੈ ਬਸ ਮਹੀਨੇ ਵਿੱਚ ਤਿਆਰ ਹੋ ਜਾਣਾ ਹੈ ਹੁੱਕਾ ਜਿਹਨੇ ਪੀਣਾ ਜਿਹੜਾ ਕੁਝ ਕਰਨਾ ਜਿਵੇਂ ਮਰਜ਼ੀ ਕਰੋ ਖੁੱਲ੍ਹਾ ਇੰਜੋਏ ਜਾਂ ਕੋਈ ਮਰਜ਼ੀ ਕਰੀਓ ਭੈਣ ਚੋ ਤੁਸੀਂ ਮਰਜ਼ੀ ਕਰੋ ਆਪਦੇ ਹਰ ਤੱਕ ਮਰਜ਼ੀ ਚਾਚਾ ਜਾਨਵਰ ਵਾਲੇ ਵਧੀਆ ਰੱਖਣੇ ਚਾਚਾ ਜਾਨਵਰ ਸ਼ਿਕਾਰੀ ਚਾਚਾ ਜੂਸ ਕਾਹਦਾ ਚਾਚਾ ਜੂਸ ਮਿਕਸ ਆ ਚਾਚਾ ਅੱਛਾ ਮੇਰੇ ਸੈਲ ਤਾਂ ਨਹੀਂ ਕੱਟੇ ਹੈਗੇ ਮੇਰੇ ਸੈਲ ਤਾਂ ਨਹੀਂ ਕੱਟੇ ਨਾ ਤੇਰੇ ਸੈਲ ਠੀਕ ਹੈ ਪਰ ਟਾਈਫਾਇਡ ਪੋਜ਼ਿਟਿਵ ਅੱਛਾ ਹੁਣ ਮੈਨੂੰ ਖਾਣਾ ਪੀਣਾ ਕੀ ਪਊ ਨਾਰਮਲ ਖਾਣਾ ਬਾਹਰ ਦਾ ਕੁਝ ਨਹੀਂ ਖਾਣਾ ਠੀਕ ਹੈ ਇਹ ਤਾਂ ਬਾਹਰ ਦਾ ਕੋਈ ਸਰਦੀ ਨਹੀਂ ਕਦੇ ਸਾਂਡ ਵਿੱਚ ਗਾ ਲੈ ਕਦੇ ਕੁਝ ਆ ਬਸ ਤਾਂ ਮੈਂ ਖਾਂਦੇ ਜੇ ਨਿਊਟਰਲ ਕੱਢ ਨਹੀਂ ਆਂਦੇ ਨਿਊਟਰਲ ਹੁਣ ਮੈਂ ਬੈੱਡ ਤੇ ਪੈਣਾ ਪਊ ਬਈ ਹੈ ਬਈ ਬੈੱਡ ਰੈਸਟ ਕਿੰਨੇ ਦਿਨ ਕਰਨੀ ਪਊ ਤਿੰਨ ਚਾਰ ਦਿਨ ਮੇਖ ਵਾਲੇ ਬੈੱਡ ਤੇ ਪੈਣਾ ਪਊ ਦੇ ਨੂੰ ਸਾਰਾ ਕੁਝ ਠੀਕ ਹੈ ਆਮਣੇ ਦੇ 4 ਕ ਸੈੱਲ ਕੱਟੇ ਸੀ ਮੈਨੂੰ ਟਾਈਫਾਇਡ ਹੋ ਗਿਆ ਬਾਕੀ ਹੁਣ ਦਵਾਈ ਚੱਲਦੀ ਮੇਰੀ ਢੋਈ ਤਾਂ ਦੁਖਦੀ ਹੈ ਹੁਣ 5 ਦਿਨ ਬੈੱਡ ਰੈਸਟ ਕਰਨੀ ਪੈਣੀ ਹੈ ਹੁਣ ਮੈਂ ਪੈਣਾ ਜਾ ਕੇ ਕਿਉਂਕਿ ਵਿੱਚ ਦੀ ਇੰਜਨ ਡਾਊਨ ਪੈ ਜਾਂਦਾ ਸੀਗਾ ਸੋ ਦਵਾਈ ਸ਼ੁਰੂ ਕਰ ਖਾਣ ਵਾਸਤੇ ਮੰਗਾ ਆਈ ਨੇੜੇ ਆਇਆ ਬਾਈ ਮਣ ਕੇ ਸੁਣ ਲਿਆ ਨੇੜੇ ਆ ਜਾ ਹਾਂ ਇੱਕ ਤਲੀ ਲੀਨ
ਦੋ ਮਿਕਸ ਲੀਟਰ ਪਨੀਰ ਲਾ ਕੇ ਲੂਣ ਮਿਰਚ ਘੱਟ ਰੱਖੇ ਠੀਕ ਆ, ਬਾਕੀ ਪਤਲਾ ਪਤਲਾ ਮਾਲ ਆਉਂਦੇ ਦੋ ਥੋੜੇ ਜਿਹੇ ਟੱਟੇ ਫੜੇ ਹੁੱਕਾ ਬਾਰ ਹੁੱਕਾ ਬਾਰ ਹੁੱਕਾ ਬਾਰ ਚੱਲ ਪਿਆ ਹੁੱਕਾ ਬਾਰ ਹੋਰ ਕੀ ਬੈਂਗਣ ਹੈ ਗੇਟ ਕਰ ਦੋ ਬੰਦ ਲਾਈਟਾਂ ਕਰ ਦੋ ਬੰਦ ਗਿੱਲ ਸਾਹਿਬ ਇਹ ਤੋਂ ਬਾਅਦ ਕੀ ਹੋਊਗਾ ਕੈਂਪ ਕੈਂਪ ਡਾਉਣਾ ਨਾ ਦੋ ਲੱਗ ਚੁੱਪ ਜਾਪ ਜੀ ਫੜ ਲਓ ਫੜ ਲਓ